ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਔਰ ਇਸ ਵੇਲੇ ਥਾਨੋਈਕ ਇੰਡਸਟਰੀ ਦੇ ਨਾਲ ਰੂਬਰੂ ਕਰਵਾਉਣ ਜਾ ਰਹੇ ਹਾਂ ਜਨਾਦਾ ਅੱਜ ਇੱਕ ਵੱਡਾ ਪਲਾਂਟ ਨੰਗਲ ਤੋਂ ਕੁਝ ਹੀ ਦੂਰੀ ਦੇ ਉੱਪਰ ਯਾਨੀ ਨੰਗਲ ਤੋਂ ਮਹਿਜ਼ 3.5 ਕਿਲੋਮੀਟਰ ਦੀ ਦੂਰੀ ਦੇ ਉੱਪਰ ਗਵਾਲ ਥਾਈ ਜਿਹੜਾ ਇਲਾਕਾ ਜਿਹੜਾ ਪਖਾੜਾ ਜਿਹੜਾ ਕਹਿ ਸਕਦੇ ਆ ਉਸ ਰੋਡ ਦੇ ਉੱਪਰ ਪੈਂਦਾ ਉੱਥੇ ਇੱਕ ਵੱਡਾ ਪ੍ਰੋਜੈਕਟ ਲੱਗਿਆ ਹੈ ਵੱਡਾ ਪ੍ਰੋਜੈਕਟ ਨੀਡ ਪੂਰੀ ਕਰੂਗਾ ਕਿਉਂਕਿ ਅਗਰ ਆਪਾਂ ਪ੍ਰਬਲ TMT ਜਿਹੜਾ ਰੀਬਾਰਸ ਹੈ ਇਸ ਦੀ ਗੱਲ ਕਰੀਏ ਜਾਂ ਸੈਲਸਨ ਸਟੀਲ ਦੀ ਗੱਲ ਕਰੀਏ ਇਹ ਲਗਾਤਾਰ ਲੋਕਾਂ ਦੇ ਵਿੱਚ ਆਪਣੀ ਮੌਜੂਦਗੀ ਦਰਜ ਕਰਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਲਗਾਤਾਰ ਲੋਕਾਂ ਦਾ ਭਰੋਸਾ ਜਿਹੜਾ ਇਸ ਪਲਾਂਟ ਦੇ ਉੱਪਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ اسی ਕਰਕੇ ਹਿਮਾਚਲ ਦੇ ਵਿੱਚ ਆ ਤੀਜੀ ਯੂਨਿਟ ਜਿਹੜੀ ਹੈ ਉਹ ਸਥਾਪਿਤ ਹੋ ਚੁੱਕੀ ਹੈ ਇੱਕ ਤਰੀਕ ਤੋਂ ਫੰਕਸ਼ਨਲ ਇਸ ਦਾ ਕੰਮ ਜਿਹੜਾ ਉਹ ਵੀ ਸ਼ੁਰੂ ਹੁੰਦਾ ਹੋਇਆ ਨਜ਼ਰ ਆਏਗਾ ਔਰ ਇਹਨਾਂ ਦੇ ਐਮ ਡੀ ਜਿਹੜੇ ਨੇ ਉਹ ਵੀ ਸਾਡੇ ਨਾਲ ਨੇ ਗੱਲਬਾਤ ਕਰਨੇ ਸਰ ਮੁਬਾਰਕ ਹੋਏ ਇੱਕ ਹੋਰ ਪ੍ਰੋਜੈਕਟ ਜਿਹੜਾ ਤੁਹਾਡਾ ਇੱਥੇ ਸ਼ੁਰੂ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਬਹੁਤ ਬਹੁਤ ਧੰਨਵਾਦ ਜੀ ਡੈਨਿਕ ਸਵੇਰਾ ਦਾ ਤੇ ਤੁਹਾਡੇ ਓਨਰਸ ਦਾ ਤੁਹਾਡੀ ਸਾਰੀ ਟੀਮ ਦਾ ਇੱਥੇ ਆਣ ਤੇ ਬਹੁਤ ਬਹੁਤ ਸਵਾਗਤ ਐਂਡ ਬਹੁਤ ਬਹੁਤ ਵਧਾਈਆਂ ਜੀ ਜੀ ਜਾਨਣਾ ਚਾਹਾਂਗਾ ਸਰ ਪਹਿਲਾਂ ਦੋ ਵੱਡੇ ਪ੍ਰੋਜੈਕਟ ਔਰ ਉਸ ਤੋਂ ਬਾਅਦ ਆਇਆ ਜਿਹੜਾ ਪ੍ਰੋਜੈਕਟ ਕਿਸ ਤਰ੍ਹਾਂ ਦਾ ਇਹ ਪ੍ਰੋਜੈਕਟ ਰਹਿਣ ਵਾਲਾ ਹੈ ਕੀ ਕੁਝ ਇਸ ਦੇ ਵਿੱਚ ਤੁਸੀਂ ਲੋਕਾਂ ਲਈ ਲੈ ਕੇ ਆਏ ਹੋ ਥੋੜਾ ਇਸ ਪ੍ਰੋਜੈਕਟ ਬਾਰੇ ਵਿਸਤਾਰਪੂਰਵਕ ਜਾਣਕਾਰੀ ਦੇ ਦਿਓ ਭਾਈ ਸਾਹਿਬ ਇਹ ਜਿਹੜੀ ਪ੍ਰਬਲ ਸਟੀਲ ਪ੍ਰਬਲ ਸਾਡਾ ਬ੍ਰਾਂਡ ਹੈ 2009 ਤੋਂ ਚੱਲ ਰਿਹਾ ਹੈ ਪਰਮਾਤਮਾ ਦੀ ਬੜੀ ਬਖਸ਼ੀਸ਼ ਇਹ ਚਾਰ ਸਟੇਟ ਦੇ ਵਿੱਚ ਸਾਨੂੰ ਬਹੁਤ ਹੀ ਅੱਛਾ ਰਿਸਪੌਂਡ ਮਿਲ ਰਿਹਾ ਹੈ ਪਿਛਲੇ 10-11 ਸਾਲਾਂ ਤੋਂ ਚਾਹੇ ਉਹ ਹਿਮਾਚਲ ਹੈ ਪੰਜਾਬ ਹੈ ਜੀ ਐਂਡ ਕੇ ਹੈ ਟਰਾਈ ਸਿਟੀ ਹੈ ਪ੍ਰਬਲ ਇਸ ਵਨ ਆਫ ਦਾ ਲੀਡਿੰਗ ਬ੍ਰਾਂਡਸ ਇਨ ਥਿਸ 4 ਸਟੇਟਸ ਤੇ ਸਾਡੀ ਡਿਮਾਂਡ ਇੰਨੀ ਸੀ ਉਹਦੀ ਪੂਰਤੀ ਨਹੀਂ ਸੀ ਹੋ پا ਰਹੀ ਐਂਡ ਵੀ ਆਰ ਲੁਕਿੰਗ ਫਾਰ ਅ ਗੁੱਡ ਪ੍ਰੋਜੈਕਟ ਇਹ ਪ੍ਰਮਾਤਮਾ ਦੀ ਬਖਸ਼ਿਸ਼ ਹੋਈ ਏ ਅਗਰਵਾਲ ਸਟੀਲ ਨੂੰ ਅੱਜ ਸੈਲਸਨ ਸਟੀਲ ਨੇ 31st ਦਿਸ ਮਾਰਚ ਨੂੰ ਓਵਰਟੇਕ ਕੀਤਾ ਏ ਤੇ ਇਹਦੀ ਪ੍ਰੋਡਕਸ਼ਨ ਜਿਹੜੀ ਅਸੀਂ 1 April ਤੋਂ ਸ਼ੁਰੂ ਕੀਤੀ ਏ ਇਹ ਜਿਹੜਾ ਪਲਾਂਟ ਏ ਇੱਥੇ 20-20 ਟਨ ਦੀਆਂ ਦੋ ਪੱਟੀਆਂ ਲੱਗੀਆਂ ਹੋਈਆਂ ਤੇ ਇੱਥੋਂ ਤਕਰੀਬਨ ਅਸੀਂ 1.5 ਲੱਖ ਮੈਟ੍ਰਿਕ ਟਨ ਜਿਹੜਾ ਏ ਉਹ ਸਰੀਆ ਬਣਾਵਾਂਗੇ ਇੱਕ ਸਾਲ ਦੇ ਵਿੱਚ ਟੋਟਲ ਸਾਡੀ ਜਿਹੜੀ 2 ਲੱਖ ਟਨ ਦੀ ਸੇਲ ਸੀ ਲਾਸਟ ਈਅਰ ਦੇ ਵਿੱਚ ਇਸ ਵਾਰੀ ਸਾਡੇ ਜਿਹੜਾ ਟਾਰਗੇਟ ਹੈ ਉਹ ਤਕਰੀਬਨ 2.5 ਲੱਖ ਟਨ 2.5 ਲੱਖ ਮੈਟ੍ਰਿਕ ਟਨ ਟੀਐਮਟੀ ਦੀ ਹੈ ਪਲੱਸ ਅਸੀਂ ਸਟਰਕਚਰ ਵੀ ਬਣਾ ਰਹੇ ਹਾਂ ਪ੍ਰਬਲ ਦੇ ਨਾਮ ਦੇਤੇ ਸੋ ਇਹ ਨਵਾਂ ਪਲਾਂਟ ਹੈ ਜੀ ਸਾਰੀ ਟੀਮ ਨੂੰ ਬੜਾ ਉਤਸ਼ਾਹ ਹੈ ਤੇ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਪ੍ਰਮਾਤਮਾ ਸਾਨੂੰ ਇੱਥੇ ਵੀ ਬਹੁਤ ਕਾਮਯਾਬੀ ਬਖਸ਼ੇਗਾ ਇਸ ਪਲਾਂਟ ਦੇ ਨਾਲ ਜਿਹੜੀ ਮਾਰਕੀਟ ਦੀ ਨੀਡ ਹੈ ਕੁਝ ਹੱਦ ਤੱਕ ਪੂਰੀ ਹੁੰਦੀ ਹੋਏ ਨਜ਼ਰ ਆਉਂਦੀ ਹੈ ਦੇਖੋ ਇਹ ਜੀ ਬਹੁਤ ਵਧੀਆ ਸਵਾਲ ਹੈ ਅੱਗੇ ਸਾਡੀ ਮੈਨੇਜਮੈਂਟ ਚ ਵੀ ਸਾਡੀ ਗੱਲ ਚੱਲਦੀ ਪਈ ਸੀ ਪ੍ਰਮਾਤਮਾ ਦੀ ਬਖਸ਼ਿਸ਼ ਹੈ ਜਿੰਨਾ ਬਣਾਉਣੇ ਉਹਨਾ ਵਿਕੀ ਜਾਂਦਾ ਹੈ ਸੋ ਮੈਂ ਲਿਆ ਤੇ ਇਸ ਕਰਕੇ ਆ ਕਿ ਜਿਹੜੀ ਸਾਡੀ ਐਗਜ਼ਿਸਟਿੰਗ ਮਾਰਕੀਟ ਹੈ ਉਹਨੂੰ ਅਸੀਂ ਕੈਟਰ ਕਰ ਪਾਈਏ ਪ੍ਰਮਾਤਮਾ ਇਦਾਂ ਕਿਰਪਾ ਕਰਦਾ ਰਹੇਗਾ ਤੇ ਆਈ ਥਿੰਕ ਵੀ ਵਿਲ ਬੀ ਏਬਲ ਟੂ ਕੈਟਰ आवर ਕਸਟਮਰ ਮੋਰ ਸੈਟੀਸਫੈਕਟਲੀ ਕਸਟਮਰ ਸੈਟੀਸਫਾਈ ਹੋ ਰਹੇ ਆ ਤਾਂ ਹੀ ਤੁਹਾਡੇ ਤੇ ਭਰੋਸਾ ਜਤਾ ਰਹੇ ਆ ਔਰ ਤੁਹਾਨੂੰ ਆ ਤੀਜੀ ਯੂਨਿਟ ਦੇ ਰਾਹੀਂ ਲੋਕਾਂ ਦੀ ਜਿਹੜੀ ਨੀਡ ਹੈ ਉਸ ਨੂੰ ਪੂਰਾ ਕਰਨ ਦਾ ਮੌਕਾ ਮਿਲਦਾ ਹੋਇਆ ਨਜ਼ਰ ਆ ਰਿਹਾ ਔਰ ਜਦੋਂ ਵੀ ਕਹਿੰਦੇ ਕੋਈ ਇੰਡਸਟਰੀ ਲੱਗਦੀ ਹੈ ਨਾ ਤਾਂ ਉਸ ਦੇ ਨਾਲ ਰੋਜ਼ਗਾਰ ਦੇ ਜਿਹੜੇ ਆਪਸ਼ਨ ਨੇ ਉਹ ਵੀ ਲੋਕਾਂ ਨੂੰ ਮੋਹਈਆ ਹੁੰਦੇ ਨੇ ਖਾਸ ਕਰਕੇ ਇਸ ਏਰੀਏ ਦੀ ਗੱਲ ਕਰੀਏ ਇੱਕ ਹੋਰ ਪਲਾਂਟ ਕਿਸ ਤਰ੍ਹਾਂ ਦੇਖਦੇ ਹੋ ਰੋਜ਼ਗਾਰ ਦੇ ਜਿਹੜੀ ਅਪਰਚੂਨਿਟੀ ਤੁਸੀਂ ਇੱਥੇ ਲੋਕਾਂ ਨੂੰ ਵੀ ਮੋਹਈਆ ਕਰਨ ਦੀ ਕੋਸ਼ਿਸ਼ ਕਰੋਗੇ ਦੇਖੋ ਸਰ ਮੈਂ ਬੀਂਗਾ ਐਨ ਆਰ ਆਈ ਮੈਂ ਨਾਨ ਰੈਜ਼ੀਡੈਂਟ ਇੰਡੀਅਨ ਆ ਮੇਰੇ ਬ੍ਰਦਰਜ਼ ਵੀ ਬੌਬੀ ਕੰਗ ਤੇ ਸੈਮੀ ਕੰਗ ਜੀ ਕੰਗ ਜੀ ਵੀ ਯੂ ਐਸ 'ਚ ਰਹਿੰਦੇ ਨੇ ਇਹ ਸਾਡੀ ਸਾਰੀ ਐਕਸਟੈਂਡਡ ਫੈਮਿਲੀ ਏ ਜਿਹੜਾ ਸਾਰਾ ਬਿਜ਼ਨਸ ਨੂੰ ਦੇਖਦੇ ਆ ਬਹੁਤ ਹੀ ਮਨ 'ਚ ਖੁਸ਼ੀ ਏ ਕੀ ਹਿਮਾਚਲ ਦੇ ਵਿੱਚ ਇਹ ਤੀਸਰਾ ਯੂਨਿਟ ਹੈ ਔਰ ਇੱਕ ਯੂਨਿਟ ਦੇ ਨਾਲ ਡਾਇਰੈਕਟਲੀ 1000 ਪਰਿਵਾਰ ਨੂੰ ਐਂਡ ਇਨਡਾਇਰੈਕਟਲੀ 5000 ਪਰਿਵਾਰ ਨੂੰ ਰੋਜ਼ਗਾਰ ਮਿਲਦਾ ਹੈ ਅਸੀਂ ਬਹੁਤ ਧੰਨਵਾਦੀ ਆ ਹਿਮਾਚਲ ਸਰਕਾਰ ਦਾ ਵੀ ਕਿ ਇੱਥੇ ਬਿਜ਼ਨਸ ਕਰਨ ਦਾ ਸਿਸਟਮ ਬਹੁਤ ਵਧੀਆ ਹੈ ਗਵਰਨਮੈਂਟ ਇਜ਼ ਵੈਰੀ ਹੈਲਪਿੰਗ ਐਡਮਿਨਿਸਟ੍ਰੇਸ਼ਨ ਇਜ਼ ਵੈਰੀ ਹੈਲਪਿੰਗ ਐਂਡ ਮਾਰਕੀਟ ਇਜ਼ ਵੈਰੀ ਹੈਲਪਿੰਗ ਪੰਜਾਬ ਦੇ ਵਿੱਚ ਵੀ ਹੈ ਆਉਣ ਵਾਲੇ ਸਮਾਂ ਦੇ ਵਿੱਚ ਕਿ ਪੰਜਾਬ ਦੇ ਵਿੱਚ ਵੀ ਜਿਹੜਾ ਸੈਲਸਨ ਸਟੀਲ ਹੈ ਆਪਣਾ ਵਿਸਤਾਰ ਕਰਦਾ ਹੋਇਆ ਨਜ਼ਰ ਆਏਗਾ ਉੱਥੇ ਵੀ ਪ੍ਰੋਜੈਕਟ ਜਿਹੜੇ ਨੇ ਲੱਗਣੇ ਸ਼ੁਰੂ ਹੋ ਜਾਣਗੇ ਇਹ ਬੜਾ ਇੰਟਰਸਟਿੰਗ ਹੈ ਜੀ ਜਿਹੜੇ ਹੁਣ ਸੀਐਮ ਬਣੇ ਨੇ ਸਾਡੇ ਅੱਛੇ ਦੋਸਤ ਨੇ ਭਗਵੰਤ ਮਾਨ ਸਾਹਿਬ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨਾਲ ਇੱਕੋ ਹੀ ਮੀਟਿੰਗ ਹੋਈ ਤੇ ਉੱਥੇ ਜਿਗਰ ਹੋਇਆ ਕਹਿੰਦੇ ਕੰਗ ਸਾਹਿਬ ਤੁਸੀਂ ਯੂਨਿਟ ਹਿਮਾਚਲ ਚ ਲਾਏ ਨੇ ਇੱਕ ਵਾਰੀ ਸਰਕਾਰ ਬਣ ਲੈਂਦੇ ਹੋਈ ਯੂਨਿਟ ਆਪਾਂ ਪੰਜਾਬ ਚ ਵੀ ਲੈ ਕੇ ਆਉਣੇ ਆ ਤੇ ਸੀਐਮ ਸਾਹਿਬ ਨਾਲ ਮੀਟਿੰਗ ਵੀ ਹੈ ਜੀ ਅਗਲੇ ਮਹੀਨੇ ਤੇ ਕੁਛ ਵੱਡਾ ਪ੍ਰੋਜੈਕਟ ਪੰਜਾਬ ਵਾਸਤੇ ਵੀ ਮਨ 'ਚ ਹੈਗਾ ਏ ਜੇ ਮਾਲਿਕ ਨੇ ਚਾਇਆ ਜਰੂਰ ਕਰਾਂਗੇ ਜੀ ਬਿਲਕੁਲ ਕਿਉਂਕਿ ਬੀਇੰਗ ਕੇ ਪੰਜਾਬੀ ਪੰਜਾਬੀਆਂ ਨੂੰ ਵੀ ਰਹਿੰਦਾ ਕਿ ਪੰਜਾਬੀ ਪੰਜਾਬੀਆਂ ਦੇ ਵਿੱਚ ਵੀ ਵਿਚਰਨ ਤੇ ਉਹਨਾਂ ਲਈ ਵੀ ਕੁਝ ਕਰਕੇ ਵਿਖਾਣਾ ਹੋ ਰਿਹਾ ਐਨਆਰਆਈਸ ਦੇ ਉੱਪਰ ਤੇ ਜ਼ਿਆਦਾ ਉਮੀਦ ਰਹਿੰਦੀ ਹੈ ਕਿ ਐਨਆਰਆਈਸ ਜਿਹੜੇ ਨੇ ਆਪਣੇ ਪੰਜਾਬ ਨੂੰ ਹੋਰ ਤਰੱਕੀ ਵੱਲ ਨੂੰ ਲੈ ਕੇ ਚੱਲਣ ਬਿਲਕੁਲ ਜੀ ਮੈਂ ਸਾਰਿਆਂ ਨੂੰ ਸੁਣਨ ਵਾਲਿਆਂ ਡੈਨਿਕ ਸਵੇਰਾ ਦੀ ਟੀਮ ਤੇ ਸਾਰੇ ਸੁਣਨ ਵਾਲਿਆਂ ਨੂੰ ਇੱਕ ਗੱਲ ਪੱਕੀ ਕਰਨਾ ਚਾਹੁੰਦਾ ਆ ਪਿਛਲੇ ਸਾਡਾ ਪ੍ਰਬਲ ਫੈਮਲੀ ਦਾ ਜਿਹੜਾ 11 ਸਾਲ ਦਾ ਸਫਰ ਏ ਉਹਦੇ ਚ ਅਸੀਂ ਇੱਕ ਚੀਜ਼ ਰੱਖੀ ਏ ਕੁਆਲਿਟੀ ਐਂਡ ਕਸਟਮਰ ਸਰਵਿਸ ਜਿਹੜੀ ਏ ਤੇ ਕੁਆਲਿਟੀ ਅਸੀਂ ਕਸਟਮਰ ਨੂੰ ਏਡੀ ਵਧੀਆ ਦੇ ਰਹੇ ਆ ਇਸ ਕਰਕੇ ਸਾਡਾ ਸਕਸੈਸ ਏ ਇਹੀ ਸਾਡਾ ਰਾਜ ਏ ਸਾਡੀ ਕੋਰ ਟੀਮ ਬਹੁਤ ਜਿਆਦਾ ਸਟਰੋਂਗ ਏ ਤੇ ਤੀਸਰੇ ਪਲਾਂਟ ਦੇ ਨਾਲ ਸਾਡਾ ਜਿਹੜਾ ਵਿਸਤਾਰ ਏ ਪ੍ਰੋਡਕਟ ਦਾ ਪ੍ਰਬਲ ਦਾ ਹੋਰ ਹੋ ਜਾਏਗਾ ਆਉਣ ਵਾਲੇ ਸਮੇਂ ਚ ਮਾਲਕ ਨੇ ਕੁਦ ਆਪਣੀ ਕੁਆਲਿਟੀ ਨੂੰ ਡੀਕੋਡ ਕਰਨਾ ਚਾਹੋਗੇ ਕਿਸ ਤਰ੍ਹਾਂ ਤੁਹਾਡਾ ਪ੍ਰੋਜੈਕਟ ਤੁਹਾਡਾ ਜਿਹੜਾ ਹੈ ਪ੍ਰੋਡਕਟ ਹੈ ਇਹ ਤੁਹਾਨੂੰ ਹੋਰ ਜਿਹੜੇ ਮਾਰਕੀਟ ਦੇ ਵਿੱਚ ਪ੍ਰੋਡਕਟ ਪਏ ਨੇ ਉਹਨਾਂ ਤੋਂ ਡਿਫਰੈਂਟ ਕਰਦਾ ਹੈ ਔਰ ਲੋਕਾਂ ਦੀ ਜਿਹੜੀ ਕਹਿ ਸਕਦੇ ਆ ਉਮੀਦ ਹੈ ਉਸ ਤੇ ਖਰਾ ਉਤਰਦਾ ਭਾਈ ਸਾਹਿਬ ਮੈਂ ਕਿਸੇ ਬਾਰੇ 네ਗੇਟਿਵ ਨਹੀਂ ਕਹਿਣਾ ਚਾਹਾਂਗਾ ਮਤਲਬ ਹਰ ਕੋਈ ਆਪਣੇ ਵੱਲੋਂ ਜ਼ੋਰ ਲਾਉਂਦਾ ਹੈ ਬੀਇੰਗ ਅ ਐਨ ਆਰ ਆਈ ਆਲਸੋ ਇੱਕ ਚੀਜ਼ ਮਨ ਚ ਬਿਠਾਈ ਹੈ ਪੇਰੈਂਟਸ ਨੇ ਜੋ ਸਿੱਖਿਆ ਦਿੱਤੀ ਹੈ ਕਿ ਆਪਾਂ ਜੇ ਕੋਈ ਵੀ ਘਰ ਬਣਾਉਂਦਾ ਜ਼ਿੰਦਗੀ ਚ ਇੱਕ ਵਾਰੀ ਬਣਾਉਂਦਾ ਅੱਜ 80000 ਰੁਪਿਆ ਕਿਲੋ ਸਰੀਏ ਦਾ ਰੇਟ ਆ ਹਨਾ ਤੇ ਸਾਡੇ ਮੰਨ ਦੇ ਵਿੱਚ ਐ ਕਿ ਜੇ ਕਿਸੇ ਨੇ ਘਰ ਬਣਾਉਣਾ ਸਾਡਾ ਸਲੋਗਨ ਵੀ ਐ ਸਾਥ ਜੀਵਨ ਭਰ ਕਾ ਤੇ ਅਸੀਂ ਮਾਲਿਕ ਨੇ ਬਖਸ਼ਿਸ਼ ਹੀ ਇੰਨੀ ਕੀਤੀ ਐ ਪ੍ਰੋਫਿਟ ਹੀ ਬਹੁਤ ਅੱਛੇ ਨੇ ਤੇ ਕਿਉਂ ਨਾ ਚੰਗੀ ਕੁਆਲਿਟੀ ਦਿੱਤੀ ਜਾਏ ਜੀ ਕਵਾਲਿਟੀ ਤੇ ਸਾਡੀ ਸਟਰੈਂਥ ਵਾ ਕੁਆਲਿਟੀ ਨਾਲ ਸਾਡਾ ਕੋਈ ਸਮਝੌਤਾ ਨਹੀਂ ਦੂਸਰੇ ਬ੍ਰਾਂਡਾਂ ਦੀ ਜਗ੍ਹਾ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਾਂਗਾ ਸਾਡੀ ਗਰੋਥ ਆਪਣੇ ਆਪ ਐਕਸਪਲੇਨ ਕਰ ਰਹੀ ਹੈ ਕਿ ਗਾਕ ਪ੍ਰਬਲ ਅੱਜ 4 ਸਟੇਟਾਂ ਦੇ ਵਿੱਚ ਪੈਲ ਦੇ ਆਧਾਰ ਤੇ ਚਾਹੇ ਉਹ ਮੇਰੇ ਆਰਕੀਟੈਕਟ ਭਰਾ ਨੇ ਚਾਹੇ ਕੰਟਰੈਕਟਰ ਨੇ ਚਾਹੇ ਮੈਸਨਜ਼ ਨੇ ਚਾਹੇ ਵੱਡੇ ਬਿਲਡਰਜ਼ ਨੇ ਸਾਰਿਆਂ ਦੀ ਪਸੰਦ ਜਿਹੜੀ ਹੈ ਉਹ ਇਸ ਵੇਲੇ ਪ੍ਰਬਲ ਹੈ ਬਿਲਕੁਲ ਕਿਉਂਕਿ ਲੋਕਾਂ ਦੇ ਜਿਹੜੇ ਵਿਊਜ਼ ਆਉਂਦੇ ਨੇ ਉਹ ਕਹਿੰਦੇ ਨੇ ਜਿਹੜਾ ਕਹਿ ਸਕਦੇ ਪ੍ਰੋਜੈਕਟ ਹੈ ਉਸ ਦੇ ਵਿੱਚ ਪੈਸਾ ਵੀ ਸਹੀ ਹੋਣਾ ਚਾਹੀਦਾ ਕੀਮਤ ਵੀ ਸਹੀ ਹੋਏ ਔਰ ਕਿਤੇ ਨਾ ਕਿਤੇ ਜਿਹੜੀ ਪ੍ਰੋਡਕਟ ਦੀ ਕੁਆਲਿਟੀ ਹੈ ਉਹ ਵੀ ਬੈਟਰ ਹੋਏ ਤੁਸੀਂ ਦੋਨੋਂ ਹੀ ਲੋਕਾਂ ਨੂੰ ਮੋਹਿਆ ਕਰਨ ਦੀ ਕੋਸ਼ਿਸ਼ ਕਰ ਹਾਂਜੀ ਅਸੀਂ ਪਲਾਂਟ ਐਂਡ ਮਸ਼ੀਨਰੀ ਤੇ ਸਾਲ ਤੋਂ ਸਾਲ ਇੰਨਾ ਇਨਵੈਸਟ ਵਧਿਆ ਕਰਦੇ ਪਏ ਆ ਵੀ ਆਵਰ ਟੈਕਨੋਲੋਜੀ ਇਸ ਵਨ ਆਫ ਦਾ ਬੈਸਟ ਚਾਹੇ ਉਹ ਜਿੱਥੇ ਜਾ ਕੇ ਸਰੀਏ ਦੀ ਫਿਨਿਸ਼ ਪ੍ਰੋਡਕਟ ਆਉਂਦੀ ਉਹ ਵੀ ਜਰਮਨੀ ਦੇ ਲੱਗੇ ਹੋਏ ਨੇ ਮੇ ਪਲਾਨ ਐਂਡ ਮਸ਼ੀਨਰੀ ਬਹੁਤ ਅੱਛੀ ਹੈ ਰਾ ਮਟੀਰੀਅਲ ਬਹੁਤ ਅੱਛਾ ਹੈ ਇਸ ਕਰਕੇ ਫਿਨਿਸ਼ ਪ੍ਰੋਡਕਟ ਆਟੋਮੈਟਿਕਲੀ ਬਹੁਤ ਅੱਛਾ ਹੈ ਐਂਡ ਕੁਆਲਿਟੀ ਹੀ ਸਾਡੀ ਸਟਰੈਂਥ ਹੈ ਯਾਨੀ ਸਿੱਧੇ ਤੌਰ ਤੇ ਕਹੀਏ ਕਿ ਇੰਡੀਅਨ ਜਿਹੜਾ ਕਹਿ ਸਕਦੇ ਆ ਪਸੀਨਾ ਫੋਰਨ ਦੀ ਟੈਕਨੀਕ ਮਸ਼ੀਨਰੀ ਉਹ ਇਸ ਪ੍ਰੋਡਕਟ ਨੂੰ ਤਿਆਰ ਕਰਦੀ ਹੈ ਇਸ ਨੂੰ ਸਟਰੋਂਗ ਕਰਦੀ ਹੈ ਔਰ ਇਸੀ ਕਰਕੇ ਦਿਨ ਰਾਤ ਲੋਕਾਂ ਦੀ ਉਮੀਦਾਂ ਤੇ ਪ੍ਰੋਡਕਟ ਜਿਹੜਾ ਉਹ ਘਰਾ ਉਤਰਦਾ ਹੋਇਆ ਨਜ਼ਰ ਆ ਰਿਹਾ ਤੀਜਾ ਪ੍ਰੋਟੈਕ ਲੱਗ ਚੁੱਕਿਆ ਹੈ ਤੀਜਾ ਪਲਾਂਟ ਜਿਹੜਾ ਉਹ ਇੱਥੇ ਲੱਗ ਚੁੱਕਿਆ ਹੈ ਇਸ ਦੇ ਵੀ ਤੁਹਾਨੂੰ ਹਰ ਇੱਕ ਜਿਹੜੀ ਖਾਸੀਅਤ ਹੈ ਉਹ ਤੁਹਾਡੇ ਰੂਬਰੂ ਕਰਾਵਾਂਗੇ ਫਿਲਹਾਲ ਤੁਸੀਂ ਸੁਣਿਆ ਐਮ ਡੀ ਸਾਹਿਬ ਨੂੰ ਕਿਸ ਢੰਗ ਨਾਲ ਉਹ ਦੱਸਦੇ ਹੋਏ ਨਜ਼ਰ ਆਏ ਨੇ ਕਿ ਇਨਾਂ ਦਾ ਆ ਜਿਹੜਾ ਪਲਾਂਟ ਹੈ ਆ ਲੋਕਾਂ ਦੀ ਨੀਡ ਨੂੰ ਤੇ ਪੂਰਾ ਕਰੇਗਾ ਨਾਲੋਂ ਨਾਲ ਜਿਹੜੇ ਰੋਜ਼ਗਾਰ ਦੇ ਅਫਸਰ ਨੇ ਉਹ ਵੀ ਲੋਕਾਂ ਨੂੰ ਮੁਹੱਈਆ ਕਰਵਾਏ ਜਾਣਗੇ